साहब वाहेगुरु जी की फतेह जी। असी बेनती लेके आए हैं पूरा सिद्धू मूसेवाला टीम ते परिवार वालों भी 29 तरीक आ रही है 29 मई वो काला दिन जिस दिन सिद्धू की डैथ हुई सी उहदे रिगार्डिंग असी जिहड़ा एक सरकार नूं जगाउण वास्ते कैंडल मार्च कर रहे हैं 29 मई नूं शाम नूं 5 बजे आपां इकट्ठे होना है 12 हट्टा चौंक दे विच। उत्थों लैके आप बस स्टैंड जिहड़ा अपना मानसा ठीकरी वाला चौंक उत्थों तक आप जिहड़ा शांतमई कैंडल मार्च जिहड़ा कढ़ना हैगा ਉਹਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਅਸੀਂ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਅਪੀਲ ਕਰਦੇ ਹਾਂ ਵੀ ਹਰ ਇੱਕ ਬੰਦਾ ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਧੂ ਨੂੰ ਚਾਹੁਣ ਵਾਲੇ ਉਹ ਜ਼ਰੂਰ ਪਹੁੰਚਿਓ। ਅਤੇ ਨਾਲ ਹੀ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਜਿਹੜਾ ਪਰਿਵਾਰ ਦੇ ਨਾਲ ਚੱਲਣ ਦੇ ਅਸੀਂ ਸਾਰੀ ਟੀਮ ਨੇ ਜਿਹੜਾ ਇਹ ਬਣਾਈ ਹੈ ਵੀਡੀਓ ਇਸ ਕਰਕੇ ਬਣਾਈ ਹੈ ਵੀ ਪਹਿਲਾਂ ਕਈ ਬੰਦੇ ਸਾਨੂੰ ਇਹ ਕਹਿੰਦੇ ਸਾਨੂੰ ਸੁਨੇਹਾ ਸਾਨੂੰ ਪਹਿਲਾਂ ਹੀ ਲੱਗਿਆ ਅਸੀਂ ਖਾਸ ਇਹ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਬਣਾ ਰਹੇ ਹਾਂ। ਨਾਲ ਹੀ ਮਾਤਾ ਜੀ ਅਪੀਲ ਕਰਨਗੇ ਸਾਨੂੰ ਉਹ ਵੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਮ ਵੱਲੋਂ ਜੋ ਪ੍ਰੋਗਰਾਮ ਬਣਾਇਆ ਹੈ ਅਤੇ ਉਸਦੇ ਮੁਤਾਬਕ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਬੇਨਤੀ ਲੈ ਕੇ ਆਏ ਹਾਂ ਪੂਰਾ ਸਿੱਧੂ ਮੂਸੇਵਾਲਾ ਟੀਮ ਅਤੇ ਪਰਿਵਾਰ ਵੱਲੋਂ ਵੀ 29 ਤਰੀਕ ਆ ਰਹੀ ਹੈ 29 ਮਈ ਉਹ ਕਾਲਾ ਦਿਨ ਜਿਸ ਦਿਨ ਸਿੱਧੂ ਦੀ ਡੈਥ ਹੋਈ ਸੀ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਕੈਂਡਲ ਮਾਰਚ ਕਰ ਰਹੇ ਹਾਂ 29 ਮਈ ਨੂੰ ਸ਼ਾਮ ਨੂੰ 5 ਵਜੇ ਆਪਾਂ ਇਕੱਠੇ ਹੋਣਾ ਹੈ 12 ਹੱਟਾਂ ਚੌਂਕ ਦੇ ਵਿੱਚ। ਉੱਥੋਂ ਲੈ ਕੇ ਆਪਾਂ ਬੱਸ ਸਟੈਂਡ ਜਿਹੜਾ ਆਪਣਾ ਮਾਨਸਾ ਠੀਕਰੀ ਵਾਲਾ ਚੌਂਕ ਉੱਥੋਂ ਤੱਕ ਆਪਾਂ ਜਿਹੜਾ ਸ਼ਾਂਤਮਈ ਕੈਂਡਲ ਮਾਰਚ ਜਿਹੜਾ ਕੱਢਣਾ ਹੈਗਾ ਉਹਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਅਸੀਂ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਅਪੀਲ ਕਰਦੇ ਹਾਂ ਵੀ ਹਰ ਇੱਕ ਬੰਦਾ ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਧੂ ਨੂੰ ਚਾਹੁਣ ਵਾਲੇ ਉਹ ਜ਼ਰੂਰ ਪਹੁੰਚਿਓ। ਅਤੇ ਨਾਲ ਹੀ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਜਿਹੜਾ ਪਰਿਵਾਰ ਦੇ ਨਾਲ ਚੱਲਣ ਦੇ ਅਸੀਂ ਸਾਰੀ ਟੀਮ ਨੇ ਜਿਹੜਾ ਇਹ ਬਣਾਈ ਹੈ ਵੀਡੀਓ ਇਸ ਕਰਕੇ ਬਣਾਈ ਹੈ ਵੀ ਪਹਿਲਾਂ ਕਈ ਬੰਦੇ ਸਾਨੂੰ ਇਹ ਕਹਿੰਦੇ ਸਾਨੂੰ ਸੁਨੇਹਾ ਸਾਨੂੰ ਪਹਿਲਾਂ ਹੀ ਲੱਗਿਆ ਅਸੀਂ ਖਾਸ ਇਹ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਬਣਾ ਰਹੇ ਹਾਂ। ਨਾਲ ਹੀ ਮਾਤਾ ਜੀ ਅਪੀਲ ਕਰਨਗੇ ਸਾਨੂੰ ਉਹ ਵੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਮ ਵੱਲੋਂ ਜੋ ਪ੍ਰੋਗਰਾਮ ਬਣਾਇਆ ਹੈ ਅਤੇ ਉਸਦੇ ਮੁਤਾਬਕ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ। ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਬੇਨਤੀ ਲੈ ਕੇ ਆਏ ਹਾਂ ਪੂਰਾ ਸਿੱਧੂ ਮੂਸੇਵਾਲਾ ਟੀਮ ਅਤੇ ਪਰਿਵਾਰ ਵੱਲੋਂ ਵੀ 29 ਤਰੀਕ ਆ ਰਹੀ ਹੈ 29 ਮਈ ਉਹ ਕਾਲਾ ਦਿਨ ਜਿਸ ਦਿਨ ਸਿੱਧੂ ਦੀ ਡੈਥ ਹੋਈ ਸੀ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਕੈਂਡਲ ਮਾਰਚ ਕਰ ਰਹੇ ਹਾਂ 29 ਮਈ ਨੂੰ ਸ਼ਾਮ ਨੂੰ 5 ਵਜੇ ਆਪਾਂ ਇਕੱਠੇ ਹੋਣਾ ਹੈ 12 ਹੱਟਾਂ ਚੌਂਕ ਦੇ ਵਿੱਚ। ਉੱਥੋਂ ਲੈ ਕੇ ਆਪਾਂ ਬੱਸ ਸਟੈਂਡ ਜਿਹੜਾ ਆਪਣਾ ਮਾਨਸਾ ਠੀਕਰੀ ਵਾਲਾ ਚੌਂਕ ਉੱਥੋਂ ਤੱਕ ਆਪਾਂ ਜਿਹੜਾ ਸ਼ਾਂਤਮਈ ਕੈਂਡਲ ਮਾਰਚ ਜਿਹੜਾ ਕੱਢਣਾ ਹੈਗਾ ਉਹਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਅਸੀਂ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਅਪੀਲ ਕਰਦੇ ਹਾਂ ਵੀ ਹਰ ਇੱਕ ਬੰਦਾ ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਧੂ ਨੂੰ ਚਾਹੁਣ ਵਾਲੇ ਉਹ ਜ਼ਰੂਰ ਪਹੁੰਚਿਓ। ਅਤੇ ਨਾਲ ਹੀ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਜਿਹੜਾ ਪਰਿਵਾਰ ਦੇ ਨਾਲ ਚੱਲਣ ਦੇ ਅਸੀਂ ਸਾਰੀ ਟੀਮ ਨੇ ਜਿਹੜਾ ਇਹ ਬਣਾਈ ਹੈ ਵੀਡੀਓ ਇਸ ਕਰਕੇ ਬਣਾਈ ਹੈ ਵੀ ਪਹਿਲਾਂ ਕਈ ਬੰਦੇ ਸਾਨੂੰ ਇਹ ਕਹਿੰਦੇ ਸਾਨੂੰ ਸੁਨੇਹਾ ਸਾਨੂੰ ਪਹਿਲਾਂ ਹੀ ਲੱਗਿਆ ਅਸੀਂ ਖਾਸ ਇਹ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਬਣਾ ਰਹੇ ਹਾਂ। ਨਾਲ ਹੀ ਮਾਤਾ ਜੀ ਅਪੀਲ ਕਰਨਗੇ ਸਾਨੂੰ ਉਹ ਵੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਮ ਵੱਲੋਂ ਜੋ ਪ੍ਰੋਗਰਾਮ ਬਣਾਇਆ ਹੈ ਅਤੇ ਉਸਦੇ ਮੁਤਾਬਕ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ। ਵਾਹਿਗੁਰੂ ਜੀ ਕਾ ਖਾਲਸਾ।